علاقہ شادمان کالونی میں ممتاز سنتکار منور حسین بٹ کی کاوش رنگ لے آئی چودری شافی حسین نے منور حسین بٹ کے اسرار پر شادمان کالونی کے مسائل کو دیکھتے ہوئے گلیوں کی تعمیر کا کام شروع کروا دیا جلد شادمان کا سیوریج سسٹم اور صفائی کا نظام بھی بہتر ہوگا مزید جانتے ہیں راجہ وقاس علی کی اس رپورٹ میں ਮੈਂ ਤੇ ਜਨਾਬ ਪਹਿਲਾਂ ਸ਼ੁਰੂ ਚ ਪੀਪਲ ਪਾਰਟੀ ਜਿਹੜਾ ਕੁਝ ਸਰਸਾ ਸੀ ਮੁਸਲਮ لیگ ਨੂਨ ਚ ਵੀ ਰਹੇ ਆ ਲੇਕਿਨ ਉਹ ਹੁਣ ਅਸੀਂ ਜੇ ਮੁਸਲਮ ਵੀ ਕਾਫ ਦੇ ਵਿੱਚ ਸ਼ਾਮਲ ਹੋਏ ਸਾਂ ਚੌੜੀ ਬਜਾਦ ਸਾਹਿਬ ਦੇ ਥਰੂ ਹੋਇਆ ਸਾਂ ਤੇ ਚੌੜੀ ਪ੍ਰੇਵੈਸ ਸਾਹਿਬ ਉਸ ਵੇਲੇ ਮਤਲਬ ਤੇ ਚੌੜੀ ਸ਼ਜਾਦ ਸਾਹਿਬ ਸਰਪ੍ਰਸਤ ਸਾਂ ਹੁਣ ਜਰਾਵੇ ਕਿ ਚੌੜੀ ਪ੍ਰੇਵੈਸ ਸਾਹਿਬ ਤੇ ਚੌੜੀ ਬਜਾਦ ਸਾਹਿਬ ਉਹ ਚਲੇ ਗਏ ਪੀਟੀਆਈ ਲੇਕਿਨ ਹੁਣ ਸਾਡੇ ਅੱਗੇ ਵੀ ਸਦਰ ਚੌੜੀ ਸ਼ਜਾਦ ਸਾਹਿਬ ਵੀ ਸਨ ਮੁਸਲਮ لیگ ਪਾਕਿਸਤਾਨ ਮੁਸਲਮ لیگ ਤੇ ਉਹਨੂੰ ਸਾਡੇ ਲੀਡਰ ਜਿਹੜੇ ਚੌੜਾ ਸ਼ਜਾਹ ਸਾਹਿਬ ਨੇ ਅਗੋਂ ਚੌੜਾ ਸ਼ਾਫੇਰ ਸਾਹਿਬ ਚੌੜਾ ਚਾਲੋ ਸਾਹਿਬ ਇਹ ਚੌੜਾ ਸ਼ਜਾਹ ਸਾਹਿਬ ਦੇ ਬੇਟੇ ਨੇ ਚੌੜਾ ਜ਼ੌਹਰਲਾਹ ਸਾਹਿਬ ਦੇ ਪੋਤੇ ਨੇ ਤੇ ਮੈਂ ذاتی ਅਬਜ਼ਰਵਰ ਮੈਂ ਕੋਈ ਇਲਮ-ਏ-ਨਜੂਮ ਤੇ ਨਹੀਂ ਜਾਣਦਾ ਜਾਂ ਕੋਈ ਵੈਬਦਾਨ ਨਹੀਂ ਜਾਣਦਾ ਤੇ ਤਾਂ ਜਾਨਦੀ ਲੇਕਿਨ ਬਜਾਇਦਾ ਜਿਸ ਤਰ੍ਹਾਂ ਇੱਕ ਪਰਸਨੈਲਿਟੀ ਹੁੰਦੀ ਹੈ ਜਾਂ ਗੁਫ਼ਤਗੂ ਲੀਡਰ ਦੀ ਹੁੰਦੀ ਹੈ ਕਿ ਮੈਂ ਜਿਹੜੀ ਐਨੀ ਉਮਰ ਦੇ ਵਿੱਚ ਤਜਰਬਾ ਅਸਰ ਕੀਤਾ ਹੋਇਆ ਹੈ ਇਹ ਹੈ ਕਿ ਲੀਡਰ ਹੋਈ ਹੁੰਦਾ ਜਿਹੜਾ ਆਪਣੀ ਜ਼ੁਬਾਨ ਤੇ ਆਪਣੇ ਕੀਤੇ ਕਾਲ ਕਰਾ ਤੇ ਖਲੋਤਾ ਰਹੇ ਅਗਰ ਵਾਅਦਾ ਕੋਈ ਵਾਅਦੇ ਕਰਦਾ ਤਾਂ ਪੂਰੇ ਕਰੇ ਤੇ ਮੈਂ ਉਸ ਵਾਦਨਾ ਚੋ ਸ਼ਾਫੇ ਸਾਹਿਬ ਨੂੰ ਦਸਾਲੋ ਸਾਹਿਬ ਨੂੰ ਇੱਕ شریف ਪਾਪ ਦੇ شریف ਬੇਟੇ ਸਮਝਣਾ ਇੰਤਾਈ شریف ਨੇ ਗੁਫਤਗੂਚ ਕਰਨੇ ਚ ਕੋਈ ਇਰਾਫੇ ਨਹੀਂ ਕਰਦੇ ਲੋਕਾਂ ਨੂੰ ਝੂਠ ਨਹੀਂ ਮਾਰਦੇ ਕਿ ਸਬਜ਼ ਬਾਗ ਨਹੀਂ ਬਹਾਂਦੇ ਜਿਹੜੀ ਗੱਲ ਕਰਦੇ ਨੇ ਉਹ ਸੱਚਕਾ ਗੱਲ ਹੁੰਦੀ ਹੈ ਔਰ ਸਾਡੇ ਨਾਲ ਇੱਕ ਦਿਨ ਵਾਦਾ ਕੀਤਾ ਦੂਜੇ ਦਿਨ ਜਨਾਬ ਠੇਕਦਾ ਸਾਹਿਬ ਆ ਕੇ ਅਸੀਂ ਉਹਨਾਂ ਦੇ ਇਹ ਚੀਜ਼ਾਂ ਖੂਬੀਆਂ ਵੇਖਿਆ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਥੇ ਸਿਆਸੀ ਬਾਤ ਕੀਤੀ ਤੇ ਅੱਲਾਹ ਤਾਲਾ ਉਹਨਾਂ ਨੂੰ ਆਪਣੇ ਇਸ ਕੌਲੋ ਕਰਾਰ ਤੇ ਕਾਇਮ ਨਾਮ ਰੱਖੇ ਉਹ ਮੈਂ ਨਹੀਂ ਸਮਝਦਾ ਸਿਰਫ ਉਹ ਮਹਿਨਤ ਵਾਲੀ ਵਾਅਦਾ ਕਰ ਪੂਰਾ ਨਹੀਂ ਕੀਤੇ ਜਿਸ ਬੰਦੇ ਨੇ ਜੋ ਵਾਅਦਾ ਕਰਦੇ ਨੇ ਸ਼ਾਫੀ ਸਾਬ ਉਹਨ ਪੂਰਾ ਪੇ ਕਰਦੇ ਮੈਂ ਉਹਨਾਂ ਨੂੰ ਬੜਾ ਅਬਜ਼ਰਵ ਕੀਤਾ ਇਸ ਚੀਜ਼ ਤੇ ਕਿ ਕਿਸੇ ਬੰਦੇ ਨੂੰ ਉਹ ਸਬਦ ਬਾਗ ਜਾਂ ਲਲੀ ਪਾਪਨੀ ਦੇਦੇ ਝੂਠੇ ਲਾੜ ਲੱਪੇ ਨਹੀਂ ਲਾਂਦੇ ਜੋ ਗੱਲ ਗੱਲ ਸਟੇਟ ਤੇ ਕਰਦੇ ਉਹ ਅਨ ਜੀ ਮੈਂ ਬਿਲਕੁਲ ਜਿਹੜਾ ਨਾ پھر یا پھر پسند نہیں کرتا یا ظلم زیادتی قبضے یہ وہ کمیشن مافیا اس چیز کے سخت خلاف ہے عوام بھی بڑی تنگ آئی نا گلوں تو چوہی شاہبہ صاحب بھی انہیں چیز سخت نفرت کرے دیکھو جی انہوں وہاں چوہی صاحب دو ہلکے جی کھلوتے ہیں ایم پی وہ مخالف جیلے سان وہ ایک ایک ہلکے جو انہوں نے کاغذ رجیکٹ ہو گئے کہ انہوں نے اپنے ساسے پورے ڈکلیئر نہیں کیتے جو میں خباری نمائندہ کو اخبار چ پڑھیا یا سنیا فیسبک سے کہ انہوں نے اپنے ساتھ ڈکلیئر پورے نہیں کیتے چود شافے صاحب دے کاغذ ریجیکٹ نہیں ہوئے اور دونوں ہلکے چیز کھلوتے ہیں اور الحمدللہ کچھ بندے چوبی زہرلہ صاحب دی وجہ چوری شجاع صاحب دی وجہ نہ کوئی شافے صاحب نو دیکھ کے کہ یار شریف النفس آدمی نوجوان ہے اور کسی نے گفتگو کر لگیا وہ یہ نہیں کہتے ہیں میں فلانے چکوا گا فلاحے مروا داں گا میں یہ کر دیں وہ قدی انہوں نے گفتگو نہیں کی تھی وہ کہتے ہیں یار امن سکون نا خدمت خلق ہے سیاست اور میں اے سیاست کرنا چاہتا جی مرنے کے بعد بھی لوگ اکھن بھی چو شہجا پتر بہت اچھا دا شریف آدمی تو میں سمجھنا والد صاحب دا بڑا اچھا کردار ہے اب تک چوئی شہجا صاحب تے کوئی کسی قسم دا کرپشن دا ظلم جیت دا کوئی ایلیگیشن نہیں تے امید انشاءاللہ شاء اللہ انہوں نے دو بیٹے نے میرا نیکسٹ ٹائم سالق صاحب بھی جب جنرل اکشن آئے گا او دے شاء انشاءاللہ شافے صاحب بھی اتنے ایم این دے کینڈیڈیٹ نے تے اپنا نہ سالق صاحب تے تو ش شافے صاحب دوڑوتے دو ہیں ان شاء اللہ اللہ کے حکمروں ਫਜ਼ਲੋ ਕਰਮ ਨਾਲ ਅਸੀਂ ਕੋਸ਼ਿਸ਼ ਵੀ ਕਰਾਂਦੇ ਤੇ ਉਹ ਵਨ ਵੀ ਕਰ ਜਾਂਦੇ ਕੋਈ ਰਾਜ ਦੀ ਬਾਮ ਨੂੰ ਮੈਂ ਤੇ ਇਹ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਜੋ ਸ਼ਾਫੇ ਸਾਹਿਬ ਨੂੰ ਚੈੱਕ ਕਰੋ ਤੇ ਸਾਲਕ ਸਾਹਿਬ ਆਟੋਮੈਟਿਕ ਚੈੱਕ ਹੋ ਜਾਣ ਕਿਉਂਕਿ ਇਹਨਾਂ ਦੇ ਭਾਈ ਨੇ ਸ਼ਾਫੇ ਸਾਹਿਬ ਵੱਡੇ ਨੇ ਸਾਲਾ ਸਾਹਿਬ ਛੋਟੇ ਨੇ ਤੇ ਉਹਨਾਂ ਦੀ ਬਜ਼ਾਰਤ ਦੇ ਬਾਰੇ ਵੇਖ ਲੋ ਜੇ ਤੇ ਹਕਮਤੋਂ ਬਾਹਰ ਆ ਕੇ ਉਹਨਾਂ ਤੇ ਕੋਈ ਅਲੀਗੇਸ਼ਨ ਲੱਗਾ ਕਿ ਇਹਨਾਂ ਨੇ ਕ੍ਰਪਸ਼ਨ ਕੀਤੀ ਤੇ ਫਿਰ ਤੇ ਗਵਾਮ ਸੁਣ ਕੋਈ ਇੱਥੇ ਸ਼ਾਦਮਾਨ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਬੁਨਿਆਦੀ ਤੌਰ ਤੇ ਇੱਥੇ ਪਾਰਕ ਕੋਈ ਨਹੀਂ ਬੱਚਿਆਂ ਦਾ ਪਾਰਕ ਇੱਥੇ ਹੋਣਾ ਚਾਹੀਦਾ ਚਲੋ ਮਸ਼ਨਾ دو تین اتنے <coughs> ای گزارا ہوتا ہے تو بچوں نے کھیلنے کی تھان کوئی نہیں کرنے کا گھر ایڈا بڑا تے نہیں کہ تے بچے کھیل تو بچے بیچارے زیادہ دور جانے زمیناں جا تے او کھیڑے او لوگوں سارا بچہ کو فٹ کے نہ لے جے سارے بچے یہ نہ ہو جائے وہ نہ ہو جائے تے ویسے میں نے اتنے کانونی چی سہولت ہونی چاہیے سی تے اب تک تے کوئی نہیں کیونکہ اے جڑی قانونی ماشاءاللہ اے یہ جگہ چھوٹی زور صاحب دی سی اے پٹو صاحب دور سے اکوائر ہو گئی ਤੇ ਇੱਥੇ ਪ੍ਰਾਪਰ ਸੀਵਰੇਜ ਪਈ ਠੀਕ ਹੈ ਲੇਕਿਨ ਕਿਉਂਕਿ ਕਾਫੀ عرصਾ ਹੋ ਗਿਆ ਇਨਪਿਆ ਯਾਹ ਤੇ ਦੇ ਅੰਦਰ ਕੋਈ ਬਲਾਕਿੰਗ ਆਈ ਹੈ ਕੋਈ ਗੰਦੀ ਸ਼ਾਂਦੀ ਅੰਦਰ ਹੁੰਦੀ ਹੈ ਕਚਰਾ ਬਾਹਰ ਨਹੀਂ ਨਿਕਲਦਾ ਤੇ ਉਹ ਬਲੌਕ ਹੋ ਜਾਂਦਾ ਤੇ ਪਾਣੀ ਓਵਰ ਹੋ ਕੇ ਬਾਹਰ ਆ ਸਕਦਾ ਫਿਰ ਆਉਣਾ ਹੁੰਦਾ ਤੇ ਦੂਸਰਾ ਮੇਰਾ ਜਿਹੜਾ ذاتی ਖਿਆਲ ਹੈ ਕਿ ਜਿਸ ਵੇਲੇ ਸਾਫ ਦਾ ਦੌਰ ਦੇ ਵਿੱਚ ਅਲੀ ਬਾਦ ਰਮਾਨ ਸ਼ੇਰ ਰੋਡ ਬਣੀ ਹੈ ਨਾ ਉੱਥੇ ਜਿਹੜੇ ਸੀਵਰੇਜ ਨੂੰ ਲੋਕਾਂ ਨੇ ਪਾਈ ਹੈ ਮੈਸਮੈਨ ਲੋਕ ਨਾਨ ਪ੍ਰੋਫੈਸ਼ਨਲ ਸਨ ਉਹ ਸਿਆਸੀ ਠੇਕੇ ਦਿੱਤੇਗੇ ਔਰ ਨਾਨ ਪ੍ਰੋਫੈਸ਼ਨਲ ਨੇ ਉਹ بجائے ਲੈਵਲ ਰੱਖਦੇ ਕਿ ਇਹ ਸ਼ਾਦਮਾਨ ਦੀ ਸਿਵਰੇ ਨਾਲ ਉੱਪਰ ਦੀ ਸਿਵਰੇ ਨੀਵੀਂ ਹੁੰਦੀ ਤਾਂ ਕਿ ਪਾਣੀ ਰੁੜ ਕੇ ਜਾਂਦਾ ਜਾਂ ਉਹ ਤੋਂ ਕੋਈ ਮੋਟਰ ਲਾ ਕੇ ਚਾਇਆ ਜਾਂਦਾ ਤੇ ਮੇਰੇ ਖਿਆਲ ਵਿੱਚ ਕਿ ਉਹ ਜਿਹੜੀ ਬਾਹਰ ਮਹਰਮਾਨ ਸ਼ੀ ਰੋੜ ਉਹ ਸਿਵਰੇ ਉੱਚੀ ਤੇ ਇਹ ਜਨਾਬ ਜਿਹੜੀ ਸ਼ਾਦਮਾਨ ਵਾਲੀ ਨੀਵੀਂ ਉੱਥੋਂ ਮੋਟਰ ਲਾ ਕੇ ਇਹ ਨਾਲੇ ਜ ਪਾਣੀ ਛੁੱਟਦੇ ਤੇ ਜਦੋਂ ਨਾਲੇ ਪਾਣੀ ਛੁੱਟਦੇ ਨੇ ਜੇ ਡਾਇਰੈਕਟ ਜਾਂਦਾ ਤੇ ਉਸਾਨ ਦੀ ਕਿ ਬਜਾਇਆ ਸੀ ਉਹਨੂੰ ਮੇਰਾ ਮਤਲਬ ਹੈ ਮੋਟਰ ਨਾਲ ਛੁੱਟਨੇ ਆਪੇ ਆਪਣਾ ਉਹਦੇ ਚ ਨਾਲੇ ਚ ਤਾਂ ਪਾਣੀ ਅਗੇ ਜਾਂਦਾ ਜਿਸ ਵੇ ਮੋਟਰ ਬੀ ਡੀ ਬੰਦ ਹੁੰਦੀ ਹੈ ਜਾਂ ਮੋਟਰ ਸੜ ਜਾਂਦੀ ਤੇ ਇਥੇ ਮੁਸੀਬਤ ਬਣ ਜਾਂਦੀ ਤੇ ਇਹ ਹਾਲ ਫਿਰ ਮਹਤਵਪੂਰਨ ਬੰਦੇ ਨੇ ਮਹਤਵਪੂਰਨ ਕੀਤਾ ਤੇ ਅਸੀਂ ਸਮਝਿਆ ਕਿ ਹੁਣ ਬਿਹਤਰ ਆ ਲਈ ਕਿ ਇਹਨਾਂ ਦਮਾ ਲੈਵਲ ਬਰਾਬਰ ਕੀਤਾ ਜਾਏ ਜਾਂ ਕਿ ਇੱਥੇ ਮੋਟਰ ਇੱਥੇ ਸ਼ਾਦਮਾਨ ਦੇ ਅੰਦਰ ਇੱਕ ਖੂਹ ਇੱਕ ਪੁਰਾਣਾ ਜਿਹਾ ਬੰਦ ਹੋਇਆ ਜਿਸ ਨੂੰ ਹਾਜੀ ਨਾਸਰ ਸਾਹਿਬ ਨੇ ਉੱਥੇ ਕਢਵਾਇਆ ਹੈ ਜੇਹਲ ਚੌਕ 'ਚ ਇਸ ਨਾਲ ਦਾ ਖੂਹ ਕਿ ਇੱਥੇ ਸ਼ਾਦਮਾਨ ਦੇ ਕੋਲ ਵੀ ਬਾਹਰ ਮਤਲਬ ਅਜਿਹਾ ਅਨਾਂ ਦੀ ਜਾਨਵਰਾਂ ਦੀ ਦੁਕਾਨਾਂ ਬੜੀਆਂ ਤੋਤਿਆਂ ਪੰਛੀਆਂ ਕਬੂਤਰਾਂ ਦੀਆਂ ਤੇ ਉੱਥੇ ਖੂਦ ਬਾਰਾ ਚਾਲੂ ਕੀਤਾ ਜਾਏ ਤੇ ਮੇਰੇ ਖਿਆਲ ਸ਼ਾਇਦ ਉੱਥੇ ਮੋਟਰ ਲਾਈ ਜਾਏ ਤੇ ਸਾਡੀ ਸੀਵਰੇਜ ਜਿਹੜੀ ਕਿ ਹੋਊਗੀ ਇਹਦਾ ਪਾਣੀ ਬਾਹਰ ਖਿੱਚਿਆ ਜਾਏਗਾ। ਬਜਾਏ ਨਾਲ 메ਜਰ ਮਸਾਇਲ ਦਿੱਤੇ ਸਫਾਈ ਦਾ ਤੇ ਸੀਵਰੇਜ ਦਾ ਤੇ ਬਸ ਐਈ ਸੀ ਕੋਈ ਆਰਬ ਕੋ ਮੋਤਮ ਦੀ ਤੇ ਗਲੀਆਂ ਉੱਚੀਆਂ ਕਰਕੇ ਲੋਕਾਂ ਮਕਾਨ ਨੀਵੇਂ ਕਰ ਜਾਂਦੀ। ਮੈਂ ਜਿਹੜੀਆਂ ਉਹ ਗਲੀਆਂ ਸ਼ੁਰੂ ਕਰਾਈਆਂ ਮੈਂ ਉਹਨੂੰ ਕਿਹਾ ਯਾਰ ਲੋਕਾਂ ਮਕਾਨ ਨੀਵੇਂ ਨਾ ਕਰੋ। ਤੁਸੀਂ ਅਗਰ ਇਸ ਲੈਵਲ ਤੇ ਕੰਮ ਚੱਲਦਾ ਹੈ ਤੇ ਇਹਨੂੰ ਜਿਹੜਾ ਇੱਕ ਤਾਂ ਜਦ ਸੜਕ ਨਹੀਂ ਬਣੇ ਜਾਂ ਬੋਦੀ ਟੁੱਟੀ ਭੱਜੀਏ ਤਾਂ ਨਵੀਂ ਬਣਾਓ ਲੇਕਿਨ ਲੈਵਲ ਉੱਚਾ ਕਰਨਾ ਕੋ ਤੱਕ ਨਹੀਂ ਬੰਦਾ ਲੋਕਾਂ ਮਕਾਨ ਨੀਵੇਂ ਕਰੋ ਤਾਂ ਕੋ ਵਿਚਾਰ ਮਕਾਨ ਹੋ ਪੱਟੇ ਉੱਚਾ ਕਰੋ ਜੇ ਮਕਾਨ ਹੋ ਤੇ ਇਹ ਵੀ ਤੇ ਅਨ ਬੈਲੈਂਸ ਕੰਮ ਹੁੰਦਾ ਨੇ ਕਦੀ ਗਲੀ ਉੱਚੀ ਤੇ ਕਦੀ ਮਕਾਨ ਉੱਚਾ ਤੇ ਇਸਾ ਨਹੀਂ ਹੋਣਾ ਚਾਹੀਦਾ ਬਸ ਸੱਜੇ ਸਿਵਰੇ ਸਾਡੀ ਪਈ ਗਲੀਆਂ ਉੱਚੀਆਂ ਕਰਨੇ ਤੱਕ ਨਹੀਂ ਕੋ ਬੰਦਾ ਇਹ ਸਿਵਰ ਨੂੰ ਚਰਾਇਆ ਜੇ ਸਾਡਾ ਮਸਲੇ ਹੱਲ ਹੋ ਜਾਂਦੇ ਲੋਕਾਂ ਦੀ ਇਹ ਕੋਠੀਆਂ ਜਿਹੜੀ ਨੀਵੀਆਂ ਨਹੀਂ ਹੋਣੀਆਂ ਕਰੋੜਾਂ ਰੁਪਇਆ ਲੱਗ ਲੋਕਾਂ ਬਿਲਡਿੰਗਾਂ ਬਣਵਾਈਆਂ ਹੁੰਦੀਆਂ ਉਹ ਜਦ ਨੀਮੀ ਹੁੰਦੀ ਹੈ ਪਾਣੀ ਬਰਸ਼ਾਂ ਦਾ ਵੜ ਜਾਂਦਾ ਉਹ ਵਿਚਾਰੇ ਲੋਕ ਪਰੇਸ਼ਾਨ ਹੁੰਦੇ ਤੇ ਨਹੀਂ ਹੋਣਾ ਚਾਹੀਦਾ ਇਹ ਸੀਵਰੇਜ ਚਾਲੂ ਹੋਣੀ ਚਾਹੀਦੀ ਇਹ ਮੇਜਰ ਪ੍ਰੋਜੈਕਟ ਹੈ ਹੀ ਐਫ ਐਫ ਸ਼ਾਹ ਬਾਦ ਵੀ ਆਏ ਵੀ ਆਨੇ ਪ੍ਰਵੇਸ਼ ਸਾਹਿਬ ਰੇਲਾ ਜੀ ਸਾਹਿਬ ਸਟਾਇਆ ਹੈ ਨੇ ਲੇਕਿਨ ਉਹਨਾਂ ਦਾ ਕੰਮ ਹੀ ਕੋਈ ਨਹੀਂ ਹੋਇਆ ਜੇ ਸੜਕਾਂ ਨੂੰ ਸੁਣਾ ਪਾਪ ਟੇਕ ਦਾ ਚੁੱਕ ਲਈ ਜਾਂਦਾ ਪਿਆ ਉਹਨਾਂ ਦਾ ਪਤਾ ਨਹੀਂ ਸ਼ਾਹ ਸਾਹਿਬ ਨਾਲ ਗੱਲ ਕਰਾਂਦੇ ਤੇ ਬਾਰੇ ਉਹਨਾਂ ਬੜਾ ਕਾਫੀ ਥਾਰਾ ਫੰਡ ਚਾਹੀਦਾ ਅਗੇ ਕੀ ਬਣਿਆ ਅਗਲੇ ਫੰਡ ਦਾ ਉਹਦਾ ਸਭ ਨੂੰ ਪਤਾ ਕੋਈ ਮੈਂ ਤੇ ਚੌਰੀ ਸ਼ਾਫੇ ਸਾਹਿਬ ਤੇ ਸਾਰਕ ਸਾਹਿਬ ਦੇ ਬਾਰੇ ਇਹ ਹੀ ਕਵਾਂਗਾ ਕਿ ਇਹਨਾਂ ਦੇ ਦਾਦਾ ਜੀ ਵੀ ਸ਼ਾਸਤ ਚ ਰਹੇ ਨੇ ਇਹਨਾਂ ਦੇ ਵਾਲਦ ਸਾਹਿਬ ਵੀ ਸ਼ਾਸਤ ਚ ਕੀਤੀ ਕਾਫੀ ਅਸਰ ਕੀਤੀ ਇਹ ਮਤਲਬ ਇੱਕ ਮਦਦ ਵਿੱਚ ਕੀਤੀ 30 ਸਾਲ ਹੋ ਗਏ ਨੇ ਚੌਰੀ ਸਜਾ ਸਾਹਿਬ ਨੂੰ ਤੇ ਇਸ ਮਤਲਬ ਬਿਮਾਰੀ ਦੀ ਹਾਲਤ ਵਿੱਚ ਵੀ ਉਹ عوام ਦੀ ਖਿਦਮਤ ਵਾਸਤੇ ਐਕਟਿਵ ਨੇ ਸਲਾਮਾਬਾਦ ਵੀ ਜਾਂਦੇ ਨੇ ਲਾਹੌਰ ਵੀ ਜਾਂਦੇ ਨੇ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਨੇ ਤੇ ਮੈਂ ਸਮਝਦਾ ਇਹ ਵੀ ਉਹਨਾਂ ਦਾ ਬੜਾ ਇੱਕ ਲੋਕਾਂ ਤੇ ਮਿਹਰਬਾਨੀ ਹੈ ਕਨੇ ਦੇ ਐਸਾ ਬਿਮਾਰੀ ਦੇ ਹਾਲ ਵਿੱਚ ਲੋਕ ਸਿਰਦਰਦ ਹੋਣ ਲੋਕ ਕਾਰੋਬਾਰ ਛੱਡ ਜਾਂਦੇ ਤੇ ਸ਼ਾਫੇ ਸਾਹਿਬ ਤੇ ਸਾਲੂ ਸਾਹਿਬ ਕੋਲ ਕਿ ਵਿਰਾਸਤ ਹੈ ਆਪਣੇ ਦਾਦੇ ਦੀ ਤੇ ਆਪਣੇ ਵਾਲਦ ਸਾਹਿਬ ਦੀ ਕਿ ਉਹਨਾਂ ਨੇ ਨਾਮ ਯੂਜ਼ਾਫਾ ਕੀਤਾ ਹੈ। ਉਰਾਰ ਦੇ ਵਿੱਚ ਜੋ ਸ਼ਾਜਾਦ ਸਾਹਿਬ ਨੇ ਅਜ਼ੀਜ਼ਪਟੇ ਹਸਪਤਾਲ ਵਿੱਚ ਸ਼ੋਭਾ ਬਣਾਇਆ ਠੀਕ ਹੈ ਜੀ ਤੇ ਉਹ ਚ ਜ਼ੋਰਲਾਇ ਸਾਹਿਬ ਦੀ ਉਹ ਨਾਮ ਦੇ ਉੱਤੇ ਰੱਖਿਆ ਉਹਨਾਂ ਤੇ ਵੈਸੇ ਵੀ ਉਹਨਾਂ ਇੱਥੇ ਕਈ ਪਾਕਿਸਤਾਨੀ ਲੇਬਲ ਤੋਂ ਉਹਨਾਂ ਕੰਮ ਕੀਤੇ ਜਿਵੇਂ ਵਜ਼ੀਰੇ ਦਾਖਲਾ ਹੈ ਜੀ ਮਤਲਬ عوام سہولتیں پہنچانے کی کوشش کی پکھے انڈسٹری سے بران آیا اور ٹیکساں کا معاملہ تو شہزاد صاحب نے رلیف دوایا فرنیچر سے دوایا باقی کاروبار میں بھی وہ جو 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 کو کوئی بندہ نو اسلام آباد گیا سر آسان جایا سانو گورنمنٹ کی طرف تکلیف ہے پریشانی تو شہزاد صاحب نے حل کرا لوگ بڑے مشکور ہیں انہیں تو یہ جو تھوڑا جو ایسی کہ سارا لپا گروپ جلدی شافے صاحب پہلے جو لوگ سن وہ لارا لپا سبز سان سنتے ہوں چلو تھوڑا بہت نہ کوئی ਸਤਾ ਐਸਾ ਪਾਇਪ ਸ਼ਾਬ ਕੰਮ ਕਰਾ ਦੋ ਉਹਨਾਂ ਦੀ ਕਿਸਮ ਵਿੱਚ ਨਹੀਂ ਉਹ ਹਰ ਸੈਡਕੀ ਪਈ ਹੈ ਉਹ ਸਾਰੇ ਕਾਮੀ ਰੋਗੇ ਨੇ ਇਨਸ਼ਾਅੱਲਾ ਲੋਕ ਚੌੜੀ ਸ਼ਜਾਹ ਸਾਹਿਬ ਦੇ ਬੇਟਿਆਂ ਨਾਲ ਪੂਰਾ ਤਾਵਨ ਕਰਨ ਦੇ ਔਰ ਉਮੀਦ ਇਹ ਵੀ ਚੌੜੀ ਸ਼ਾਫੇ ਸਾਹਿਬ ਚੌੜੀ ਸਾਲੂ ਸਾਹਿਬ ਲੋਕਾਂ ਦੀ ਮੀਦਾਤ ਇਨਸ਼ਾਅੱਲਾ ਪੂਰੀ ਉਤਰਨ ਦੇ